ਦ ਬੈਨੀਪਾਲ ਨੈਟਵਰਕ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਦੋਸਤੋ ਆਓ ਜਿਹੜੀਆਂ ਖਬਰਾਂ ਨੂੰ ਅੱਜ ਆਪਾਂ ਆਧਾਰ ਬਣਾਉਣਾ ਹੈ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਬਾਈਡਨ ਨੇ ਕੀਤਾ ਸੋਚ ਚੁੱਕਣ ਤੋਂ ਪਹਿਲਾਂ ਹੀ ਵੱਡਾ ਐਲਾਨ ਅਮਰੀਕੀ ਸੰਸਦ ਤੇ ਹਮਲੇ ਸੰਬੰਧੀ 100 ਤੋਂ ਵੱਧ ਗ੍ਰਿਫਤਾਰੀਆਂ ਹਜ਼ਾਰਾਂ ਤੇ ਨਜ਼ਰਾਂ ਅਮਰੀਕਾ ਵਿੱਚ ਇੱਕ ਪੰਜਾਬੀ ਨੇ ਆਪਣੀ ਧੀ ਅਤੇ ਸੱਸ ਦਾ ਕਤਲ ਕਰਨ ਬਾਅਦ ਕੀਤੀ ਖੁਦਕੁਸ਼ੀ ਇండోਨੇਸ਼ੀਆ ਵਿੱਚ ਪੁਚਾਲ ਕਾਰਨ ਭਾਰੀ ਤਬਾਹੀ ਦਰਜਣਾ ਮੌਤਾਂ 26 ਜਨਵਰੀ ਨੂੰ ਸਿੰਘੂ ਸਰਹੱਤੇ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਝੁਲੇਗਾ ਕੇਂਦਰ ਤੇ ਕਿਸਾਨਾਂ ਦੀ ਨਵੇਂ ਗੇੜ ਦੀ ਗੱਲਬਾਤ ਰਹੀ ਬੇਸਿੱਟਾ ਅਗਲੀ ਮੀਟਿੰਗ 19 ਨੂੰ ਕਿਸਾਨ ਅੰਦੋਲਨ ਦੌਰਾਨ ਟੀਕਰੀ ਬਾਰਡਰ ਤੇ ਇੱਕ ਕਿਸਾਨ ਦੀ ਜਾਨ ਗੁਆਚਾਨ ਕਿਸਾਨ ਅੰਦੋਲਨ ਦੀ ਭੇਂਟ ਚੜੀਆਂ ਕਈ ਹੋਰ ਜਾਨਾਂ ਅਤੇ ਕਿਸਾਨੀ ਸੰਘਰਸ਼ ਦਾ ਮੁੜ ਹਿੱਸਾ ਬਣਨ ਦੀ ਧੀ ਜ ਲੈ ਕੇ ਤੁਰ ਗਏ ਇਕਬਾਲ ਅਜੀਤ ਅਤੇ ਜਸਪ੍ਰੀਤ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਤੁਹਾਡੇ ਨਾਲ ਮੈਂ ਅੱਜ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਇਹਦੇ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਨਜ਼ਰਾਂ ਮਾਰੀਆਂ ਜਾਣ ਉਹਦੇ ਤੋਂ ਪਹਿਲਾਂ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਿਓ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਆਓ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਵਿਚਾਰੀਏ ਤੁਹਾਨੂੰ ਪਤਾ ਹੈ ਬੀਤੇ ਲਗਾਤਾਰ ਕਈ ਦਿਨਾਂ ਤੋਂ ਮੈਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਦਾ ਆ ਰਿਹਾ ਹਾਂ ਕਿ 20 ਜਨਵਰੀ ਨੂੰ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਆਪਣੇ ਅਹੁਦੇ ਦੀ ਸੌਂ ਚੁੱਕਣੀ ਹੈ ਪਰ ਸੌਂ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਇੱਕ ਅਹਿਮ ਚੋਣ ਵਾਦਾ ਪੂਰਾ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ ਬਾਈਡਨ ਨੇ कोरोना ਕਾਰਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਅਮਰੀਕੀ ਆਰਥਿਕਤਾ ਨੂੰ ਮੋੜ ਲਈ ਤੇ ਪਾਉਣ ਦੇ ਵਾਸਤੇ 1.9 ਲੱਖ ਕਰੋੜ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਨੂੰ ਕੁਝ ਹਿੱਸਿਆਂ ਦੇ ਵਿੱਚ ਵੀ ਉਹਨਾਂ ਨੇ ਵੰਡਿਆ ਪੈਕੇਜ ਨੂੰ ਸੰਸਦ ਦੇ ਦੋਹਾਂ ਸਦਨਾਂ ਤੋਂ ਪਾਸ ਕਰਵਾਉਣਾ ਲਾਜ਼ਮੀ ਹੋਣਾ ਹੈ ਮੋٹے ਤੌਰ ਤੇ ਜੇ ਇੱਕ ਆਪਾਂ ਨਜ਼ਰ ਮਾਰੀਏ ਤਾਂ ਪੈਕੇਜ ਲਾਗੂ ਹੋਣ ਤੋਂ ਬਾਅਦ ਹਰ ਅਮਰੀਕੀ ਵਿਅਕਤੀ ਦੇ ਖਾਤੇ ਵਿੱਚ 14 1400 ਡਾਲਰ ਭੇਜੇ ਜਾਣਗੇ ਇੱਕ ਖਾਸ ਗੱਲ ਹੋਰ ਇਹ ਹੈ ਕਿ ਬਾਈਡਨ ਦੇ ਪੈਕੇਜ ਦੇ ਵਿੱਚ ਛੋਟੇ ਕਾਰੋਬਾਰੀਆਂ ਨੂੰ ਵੀ ਰਾਹਤ ਦਿੱਤੀ ਗਈ ਹੈ ਪੈਕੇਜ ਨੂੰ ਅਮਰੀਕਨ ਰੈਸਕਿਊ ਪਲਾਨ ਦਾ ਨਾਮ ਦਿੱਤਾ ਗਿਆ ਹੈ ਇਸ ਪੈਕੇਜ ਦਾ ਸਿਰਫ ਇੱਕੋ ਇੱਕ ਮਕਸਦ ਅਮਰੀਕੀ ਆਰਥਵਿਵਸਥਾ ਨੂੰ ਮੁੜ ਕੇ ਲੀਤੇ ਚਾੜਨਾ ਇਸ ਵਿੱਚ ਕਾਰੋਬਾਰ ਸਿੱਖਿਆ ਅਤੇ ਹਰ ਅਮਰੀਕੀ ਨੂੰ ਰਾਹਤ ਦੇਣ ਦਾ ਫੈਸਲਾ ਜੋ ਬਾਈਡਨ ਨੇ ਕੀਤਾ ਇਸ ਦੇ ਨਾਲ ਹੀ ਟੀਕਾ ਕਰਨ ਤੇ ਵੀ ਧਿਆਨ ਦੇਣ ਦੀ ਗੱਲ ਆਖੀ ਗਈ ਹੈ ਮੋٹے ਤੌਰ ਤੇ ਜੇਕਰ ਆਪਾਂ ਇਹਦੀ ਵਿਸਥਾਰ ਨਾਲ ਵਿਆਖਿਆ ਕਰੀਏ ਤਾਂ ਇਹਦੇ ਅਨੁਸਾਰ 415 ਅਰਬ ਡਾਲਰ ਕਰੋਨਾ ਜੰਗ ਦੇ ਖਿਲਾਫ ਖਰਚ ਕੀਤੇ ਜਾਣਗੇ 1400 ਅਮਰੀਕੀ ਡਾਲਰ ਹਰ ਅਮਰੀਕੀ ਦੇ ਖਾਤੇ ਵਿੱਚ ਟਰਾਂਸਫਰ ਹੋਣਗੇ 440 ਅਰਬ ਡਾਲਰ ਛੋਟੇ ਕਾਰੋਬਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਖਰਤੇ ਜਾਣਗੇ ਤੇ ਬਾਕੀ 15 ਡਾਲਰ ਘੰਟੇ ਦੇ ਹਿਸਾਬ ਦੇ ਨਾਲ ਘੱਟੋ ਘੱਟ ਮਜ਼ਦੂਰੀ ਦਿੱਤੀ ਜਾਏਗੀ ਜੋ ਕਿ ਮੌਜੂਦਾ ਸਮੇਂ ਵਿੱਚ 7 ਡਾਲਰ ਪ੍ਰਤੀ ਘੰਟੇ ਦੇ ਆਸ-ਪਾਸ ਹੈ ਪਰ ਵੱਖੋ-ਵੱਖ ਸੂਬਿਆਂ ਵਿੱਚ ਵੱਖੋ-ਵੱਖਰੀ ਹੈ ਫਿਰ ਸਕੂਲ ਖੋਲਣ ਵਾਸਤੇ 130 ਅਰਬ ਡਾਲਰ ਖਰਚ ਕੀਤੇ ਜਾਣ ਦਾ ਵੀ ਪਲਾਨ ਹੈ ਇਸ ਤੋਂ ਇਲਾਵਾ ਬਾਈਡਨ ਬੇਰੋਜ਼ਗਾਰੀ ਪੱਤਾ 300 ਡਾਲਰ ਤੋਂ ਵਧਾ ਕੇ 400 ਡਾਲਰ ਹਰ ਹਫਤੇ ਦਾ ਕਰਨਾ ਚਾਹੁੰਦੇ ਹੈ ਸੱਤਾ ਸੰਭਾਲਣ ਦੇ 100 ਦਿਨਾਂ ਦੇ ਅੰਦਰ ਤਕਰੀਬਨ 10 ਕਰੋੜ ਅਮਰੀਕੀ ਨਾਗਰਿਕਾਂ ਨੂੰ ਟੀਕਾ ਲਗਾਉਣ ਦਾ ਵੀ ਉਹਨਾਂ ਟੀਚਾ ਮਿਥਿਆ ਹੈ ਪਰ ਹੁਣ ਉਹਨਾਂ ਨੇ ਇਹ ਐਲਾਨ ਕਰ ਦਿੱਤੇ ਸੌ ਹਲੇ ਚੁੱਕਣੀ ਹੈ ਔਰ ਇਸ ਪੈਕੇਜ ਨੂੰ ਸੰਸਦ ਦੇ ਵਿੱਚੋਂ ਪਾਸ ਕਰਵਾਉਣਾ ਉਹਨਾਂ ਵਾਸਤੇ ਇੱਕ ਚੁਣੌਤੀ ਹੋ ਸਕਦੀ ਹੈ ਕਿਉਂਕਿ ਬੀਤੇ ਨਵੰਬਰ ਦਸੰਬਰ ਦੇ ਵਿੱਚ ਜਦੋਂ 트ੰਪ ਰਾਹਤ ਪੈਕੇਜ ਲੈ ਕੇ ਆਏ ਸੀ ਤਾਂ ਬਾਈਡਨ ਅਤੇ ਡੈਮੋਕ੍ਰੇਟ ਪਾਰਟੀ ਨੇ ਕੁਝ ਸਵਾਲ ਖੜੇ ਕੀਤੇ ਸੀ ਤੇ ਇਸ ਵਕਤ ਵੀ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ ਉਹ ਰਿਕਾਵਤਾਂ ਖੜੀਆਂ ਕਰ ਸਕਦੇ ਐ ਦੂਸਰੀ ਗੱਲ ਇਸ ਪੈਕੇਜ ਦੇ ਵਿੱਚ ਰੱਖਿਆ ਖੇਤਰ ਵਾਸਤੇ ਕੋਈ ਵੱਖਰਾ ਐਲਾਨ ਨਹੀਂ ਕੀਤਾ ਗਿਆ ਇਸ ਵਾਸਤੇ ਹੋ ਸਕਦਾ ਕਿ ਇਹਦੇ ਉੱਤੇ ਕੁਝ ਇਤਰਾਜ਼ ਵੀ ਹੋਣ ਬਾਈਡਨ ਅਤੇ ਉਪ ਰਾਸ਼ਟਰਪਤੀ ਬਣਨ ਜਾ ਰਹੀ ਕੰਬਲਾ ਹੈਰਸ ਨੇ ਇਸ ਰਾਹਤ ਪੈਕੇਜ ਦਾ ਐਲਾਨ ਬਾਈਡਨ ਦੇ ਸ਼ਹਿਰ ਵਲਮਿੰਗਟਨ ਦੇ ਵਿੱਚ ਕੀਤਾ ਆਮ ਤੌਰ ਤੇ ਜਦੋਂ ਐਡਾ ਵੱਡਾ ਐਲਾਨ ਕਦੇ ਵੀ ਕਦੇ ਹੋਇਆ ਤਾਂ ਉਹ ਰਾਜਧਾਨੀ ਦੇ ਵਿੱਚ ਖੜ ਕੇ ਕੀਤਾ ਜਾਂਦਾ ਹੈ ਦੱਸਣਾ ਬਣਦਾ ਕਿ ਭਾਰਤ ਦੀ ਕੁੱਲ ਅਰਥ ਵਿਵਸਥਾ ਇਸ ਵਕਤ ਤਕਰੀਬਨ 3 ਲੱਖ ਕਰੋੜ ਡਾਲਰਾਂ ਦੀ ਹੈ ਉਸ ਤੇ ਲਿਹਾਜ਼ ਨਾਲ ਜੇਕਰ ਇਹਦੇ ਤੇ ਨਜ਼ਰ ਮਾਰਦੇ ਹਾਂ ਦਾ ਬਾਈਡਨ ਨੇ ਜਿਸ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਉਹ ਭਾਰਤੀ ਅਰਥ ਵਿਵਸਥਾ ਦੇ ਅੱਧੇ ਤੋਂ ਵੀ ਜ਼ਿਆਦਾ ਦਾ ਐਲਾਨ ਕਰ ਦਿੱਤਾ ਹੈ ਇਹਦਾ ਮਤਲਬ ਦੇਖੋ ਕਿੰਡੀ ਵੱਡੀ ਅਮਰੀਕੀ ਅਰਥ ਵਿਵਸਥਾ ਪਰ ਕੋਵਿਡ ਨੇ ਲਗਭਗ ਇਸ ਇਸ ਅਰਥ ਵਿਵਸਥਾ ਦੇ ਉੱਤੇ ਵੀ ਬਹੁਤ ਵੱਡੀ ਸੱਟ ਮਾਰੀ ਹੈ ਅਗਲੀ ਜਿਹੜੀ ਖਬਰ ਹੈ ਉਹ ਵੀ ਲਗਭਗ ਅਮਰੀਕਾ ਦੇ ਵਿੱਚੋਂ ਅਮਰੀਕੀ ਸੰਸਦ ਦੇ ਹਮਲੇ ਨਾਲ ਜੁੜੀ ਹੋਈ ਹੈ ਤੇ ਅਮਰੀਕਾ ਦੇ ਲੋਕਤੰਤਰ ਦੇ ਨਾਲ ਜੁੜੀ ਹੋਈ ਖਬਰ ਹੈ ਤੁਹਾਨੂੰ ਯਾਦ ਹੋਣਾ ਹੈ ਦੇ ਬਿੱਤੀ 6 ਤਰੀਕ ਨੂੰ 6 ਜਨਵਰੀ ਨੂੰ ਸੰਸਦ ਦੇ ਉੱਤੇ ਹਮਲਾ ਹੋਇਆ ਸੀ ਤੇ ਉਸ ਹਮਲੇ ਦੇ ਕਾਰਨ ਹੁਣ ਤੱਕ 100 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਐ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿੱਲ ਭਾਵ ਸੰਸਦ ਭਵਨ ਤੇ ਹਮਲਾ ਕੀਤਾ ਸੀ ਲਗਭਗ 4 ਘੰਟੇ ਇਹ ਹੜਦਮ ਹੋਇਆ ਭੰਨ ਤੋੜ ਹੋਈ ਗੋਲੀਬਾਰੀ ਹੋਈ ਜਿਸ ਤੇ ਕਾਰਨ 5 ਲੋਕ ਜ਼ਖਮੀ 5 ਲੋਕਾਂ ਦੀਆਂ ਮੌਤਾਂ ਤੇ ਕਈ ਜ਼ਖਮੀ ਹੋ ਗਏ ਸੀ ਹਮਲੇ ਦੌਰਾਨ ਸੰਸਦ 'ਚ ਬਾਈਡਨ ਦੀ ਜਿੱਤ ਤੇ ਮੋਹਰ ਲਗਾਉਣ ਦੀ ਉਸ ਵਕਤ ਪ੍ਰਕਿਰਿਆ ਚੱਲ ਰਹੀ ਸੀ 20 ਜਨਵਰੀ ਨੂੰ ਉਹਨਾਂ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਣੀ ਐ ਤੇ ਹੁਣ ਤੱਕ 100 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਉਪਰ ਰਾਸ਼ਟਰਪਤੀ ਮਾਈਕ ਪੈਂਸ ਨਾਲ ਕੱਲ ਮੀਟਿੰਗ ਦੌਰਾਨ FBI ਦੇ ਡਾਇਰੈਕਟਰ ਕ੍ਰਿਸਟੋਫਰ ਨੇ ਦੱਸਿਆ ਕਿ ਅਸੀਂ ਅਤੇ ਸਾਡੀਆਂ ਸਹਿਯੋਗੀ ਏਜੰਸੀਆਂ ਨੇ ਸੰਸਦ ਤੇ ਹਮਲੇ ਦੇ ਮਾਮਲੇ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਅਪਰਾਧਿਕ ਕਾਰਵਾਈਆਂ ਦੇ ਕਾਰਨ ਗ੍ਰਿਫਤਾਰ ਕੀਤੇ ਐ ਇਸ ਮਾਮਲੇ ਦੇ ਵਿੱਚ ਅਣਗਿਣਤ ਦੇ ਵਿਰੁੱਧ ਜਾਂਚ ਚੱਲ ਰਹੀ ਹੈ ਉਹਨਾਂ ਕਿਹਾ ਕਿ ਹੁਣ ਤੱਕ 200 ਤੋਂ ਜ਼ਿਆਦਾ ਸ਼ਖਮੀਆਂ ਦੀ ਪਛਾਣ ਵੀ ਕੀਤੀ ਜਾ ਚੁੱਕੀ ਹੈ ਅਤੇ 1,40,000 ਸੂਚਨਾਵਾਂ ਉਹਨਾਂ ਨੂੰ ਮਿਲੀਆਂ ਨੇ ਉੱਥੇ ਦੂਸਰੇ ਪਿਆਸੇ ਨਿਆਂ ਵਿਭਾਗ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਐਫ.ਓ.ਵੀ.ਆਈ ਨੂੰ ਸ਼ਰਾਰਤੀ ਅਨਸਰਾਂ ਦੀ ਪਛਾਣ ਲਈ 1,40,000 ਸੂਚਨਾਵਾਂ ਮਿਲ ਚੁੱਕੀਆਂ ਨੇ ਤੁਸੀਂ ਦੇਖੋ ਕਿ ਹਜ਼ਾਰਾਂ ਦੇ ਉੱਤੇ ਇਸ ਵਕਤ ਨਜ਼ਰਾਂ ਨੇ ਤੇ ਘੱਟੋ ਘੱਟ ਡੇਢ ਲੱਖ ਲੋਕਾਂ ਨੇ ਸੂਚਨਾਵਾਂ ਦਿੱਤੀਆਂ ਨੇ ਇਹ ਹੁੰਦੀ ਹੈ ਆਪਣੇ ਮੁਲਕ ਪ੍ਰਤੀ ਵਫਾਦਾਰੀ ਇਸ ਤੋਂ ਇਲਾਵਾ FBI ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਵਾਸ਼ਿੰਗਟਨ ਅਤੇ ਅਮਰੀਕਾ ਦੇ 50 ਹੋਰ ਨਾ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਵੀ 16 ਤੋਂ ਲੈ ਕੇ 20 ਜਨਵਰੀ ਦੌਰਾਨ ਹਥਿਆਰਬੰਦ ਪ੍ਰਦਰਸ਼ਨ ਦੀਆਂ ਲੋਕ ਤਿਆਰੀਆਂ ਕਰ ਰਹੇ ਨੇ ਪਰ ਪ੍ਰਦਰਸ਼ਨ ਕਰਨ ਵਾਲੇ ਕੌਣ ਲੋਕ ਸੀ ਜਾਣਕਾਰੀ ਮਿਲ ਰਹੀ ਹੈ ਕਿ ਸੰਸਦ ਤੇ ਹਮਲਾ ਕਰਨ ਵਾਲੇ ਲੋਕਾਂ ਦੇ ਵਿੱਚ ਕਈ ਸਾਬਕਾ ਫੌਜੀ ਵੀ ਸੀ ਕਈ ਪੁਲਿਸ ਅਧਿਕਾਰੀ ਵੀ ਸਨ ਤੇ ਇੰਟਰਨੈਟ ਦੇ ਉੱਤੇ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਜਿਹੜੀਆਂ ਪਾਈਆਂ ਗਈਆਂ ਉਸ ਦੇ ਰਾਹੀਂ ਘੱਟੋ-ਘੱਟ 21 ਮੌਜੂਦਾ ਤੇ ਸਾਬਕਾ ਫੌਜੀਆਂ ਦੀ ਪਛਾਣ ਹੋਈ ਹੈ ਜਦਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਇਸ ਤਰ੍ਹਾਂ ਦੇ ਇੱਕ ਦਰਜਣ ਤੋਂ ਜ਼ਿਆਦਾ ਲੋਕਾਂ ਦੀ ਇਸ ਵਕਤ ਜਾਂਚ ਵੀ ਕਰ ਰਹੀਆਂ ਨੇ ਹੁਣ ਇਸ ਸੰਸਦ ਦੇ ਉੱਤੇ ਹਮਲੇ ਦਾ ਦਰਅਸਲ ਇਰਾਦਾ ਕੀ ਸੀ ਟੈਕਸਾਸ ਅਦਾਲਤ ਨੂੰ ਇੱਕ ਇਤਗਾਸਾ ਨੇ ਦੱਸਿਆ ਕਿ ਸੰਸਦ ਹਮਲੇ ਵਿੱਚ ਹਵਾਈ ਫੌਜ ਦਾ ਇੱਕ ਸੇਵਾਮੁਕਤ ਅਧਿਕਾਰੀ ਵੀ ਸ਼ਾਮਲ ਸੀ ਉਹ ਪਲਾਸਟਿਕ ਦੀ ਹੱਥ ਕੜੀ ਲੈ ਕੇ ਪੁੱਜਾ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਨੂੰ ਉਹ ਬੰਦੀ ਬਣਾਉਣ ਦਾ ਇਰਾਦਾ ਰੱਖਦਾ ਸੀ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਤੇ ਉਪ ਰਾਸ਼ਟਰਪਤੀ ਅਹੁਦੇ ਦੀ ਸੌਚ ਚੁਕਾਈ ਜਾਣੀ ਹੈ ਖਬਰਾਂ ਮਿਲ ਰਹੀਆਂ ਨੇ ਕਿ 20000 ਫੌਜੀ 20 ਜਨਵਰੀ ਨੂੰ ਬਾਈਡਨ ਦੇ ਸੌ ਚੱਕ ਸਮਾਗਮ ਦੇ ਮੱਦੇਨਜ਼ਰ ਰਾਸ਼ਟਰੀ ਵਾਸ਼ਿੰਗਟਨ ਡੀਸੀ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ 20000 ਤੋਂ ਜ਼ਿਆਦਾ ਨੈਸ਼ਨਲ ਗਾਰਡ ਦੇ ਫੌਜੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਹੁਣ ਤੱਕ 7000 ਤੋਂ ਜ਼ਿਆਦਾ ਫੌਜੀ ਪਹੁੰਚ ਚੁੱਕੇ ਨੇ। ਸੰਸਦ ਦੇ ਹਮਲੇ ਤੋਂ ਬਾਅਦ ਸੁਰੱਖਿਆ ਵਿਵਸਥਾ ਪੁਖਤਾ ਕੀਤੀ ਜਾ ਰਹੀ ਹੈ। ਸੰਸਦ ਤੇ ਹਮਲੇ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀ ਹੇਟਲੈਸ ਸਾਦਨ ਦੇ ਪ੍ਰਤੀਨਿਧ ਸਭਾ ਨੇ ਮਹਾਦੋਸ਼ਤਾ ਮਤਾ ਵੀ ਪਾਸ ਕਰ ਦਿੱਤਾ ਸੀ ਪਰ ਦੇਖਦੇ ਹਾਂ ਕਿ ਸੰਸਦ ਦੇ ਵਿੱਚ ਉਹ ਮਹਾਦੋਸ਼ੀ ਬਣਦੇ ਆ ਜਾਂ ਨਹੀਂ ਪਰ ਪ੍ਰਤੀਨਿਧੀ ਸਭਾ ਨੇ ਉਹਨਾਂ ਨੂੰ ਮਹਾਦੋਸ਼ੀ ਐਲਾਨ ਦਿੱਤਾ ਹੈ ਅਤੇ ਇਹ ਆਪਣੇ ਆਪ ਦੇ ਵਿੱਚ ਇਤਿਹਾਸ ਬਣਿਆ ਕਿ ਕੋਈ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਆਪਣੇ ਕਾਰਜਕਾਲ ਦੌਰਾਨ ਦੋ ਵਾਰ ਉਹਨਾਂ ਦੇ ਖਿਲਾਫ ਅੰਪੀਚਮੈਂਟ ਦਾ ਮਤਾ ਆਇਆ ਹੋਵੇ ਅਤੇ ਇਹ ਵੀ ਇਤਿਹਾਸ ਹੈ ਕਿ ਲਗਭਗ ਹਰ ਇੱਕ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਬਲੌਕ ਕਰ ਦਿੱਤਾ ਗਿਆ ਤੇ ਹੁਣ ਅਗਲੀ ਆਹ ਜਿਹੜੀ ਖਬਰ ਹੈ ਇਹ ਬੜੀ ਵੱਧ ਪਾਕੀ ਖਬਰ ਹੈ ਖਬਰ ਇਹ ਵੀ ਅਮਰੀਕਾ ਦੇ ਵਿੱਚੋਂ ਮਿਲ ਰਹੀ ਹੈ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦੇ ਪੰਜਾਬੀ ਵਿਅਕਤੀ ਨੇ ਆਪਣੀ 14 ਵਰਿਆਂ ਦੀ ਧੀ ਅਤੇ ਆਪਣੀ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਅਲਬਾਨੀ ਤੋਂ ਲਗਭਗ 19 ਕਿਲੋਮੀਟਰ ਦੂਰ ਦੱਖਣ ਵਿੱਚ ਸਥਿਤ ਸ਼ੋਡਾਹਕ ਕਸਬੇ ਦੇ ਵਿੱਚ ਆਪਣੇ ਘਰ ਦੇ ਵਿੱਚ ਭਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ 14 ਵਰਿਆਂ ਦੀ ਧੀ ਜਸਲੀਨ ਕੌਰ ਅਤੇ 55 ਵਰਿਆਂ ਦੀ ਸੱਸ ਮਨਜੀਤ ਕੌਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਨਿਊਯਾਰਕ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਸਲੀਨ ਕੌਰ ਅਤੇ ਮਨਜੀਤ ਕੌਰ ਦੋਵਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਅਤੇ ਦੋਵਾਂ ਨੂੰ ਬੁੱਧਵਾਰ ਦੀ ਰਾਤ ਕਰੀਬ 8:30 ਵਜੇ ਘਰੇਲੂ ਹਿੰਸਾ ਦੌਰਾਨ ਗੋਲੀ ਲੱਗੀ ਭពਿੰਦਰ ਦੀ ਘਰ ਵਾਲੀ ਜਿਸ ਦੀ ਉਮਰ ਲਗਭਗ 40 ਕੁ ਬਰੇ ਦੱਸੀ ਜਾ ਰਹੀ ਹੈ ਤੇ ਨਾਮ ਰਿਸ਼ਪਾਲ ਕੌਰ ਹੈ ਗੋਲੀ ਉਹਨਾਂ ਦੇ ਵੀ ਲੱਗੀ ਹੋਈ ਆ ਪਰ ਗੋਲੀ ਬਾਹ ਤੇ ਲੱਗੀ ਉਹ ਬਾਅਦ ਚ ਨਿਕਲਣ ਦੇ ਵਿੱਚ ਕਾਮਯਾਬ ਰਹੇ ਪੁਲਿਸ ਨੇ ਦੱਸਿਆ ਕਿ ਰਿਸ਼ਪਾਲ ਕੌਰ ਦਾ ਅਲਬਾਨੀ ਮੈਡੀਕਲ ਸੈਂਟਰ ਦੇ ਵਿੱਚ ਇਸ ਵਕਤ ਇਲਾਜ ਚੱਲ ਰਿਹਾ ਤੇ ਉਸ ਦੀ ਜਾਨ ਨੂੰ ਇਸ ਵਕਤ ਕੋਈ ਖਤਰਾ ਨਹੀਂ ਤੁਸੀਂ ਦੇਖੋ ਕਿ ਡੋਮੈਸਟਿਕ ਵਾਇਲੈਂਸ ਦਾ ਇਹ ਕੇਸ ਹੈ ਆਪਣੀ ਘਰ ਵਾਲੀ ਤੇ ਵੀ ਗੋਲੀ ਚਲਾਈ ਪਰ ਉਹ ਬਚ ਗਈ 14 ਵਰਿਆਂ ਦੀ ਆਪਣੀ ਧੀ ਤੇ ਗੋਲੀ ਚਲਾਈ ਉਹ ਮਰ ਗਈ ਤੇ ਆਪਣੀ ਸੱਸ ਦੇ ਉੱਤੇ ਗੋਲੀ ਚਲਾਈ ਉਹਦੀ ਮੌਤ ਹੋ ਗਈ ਤੇ ਬਾਅਦ ਦੇ ਵਿੱਚ ਮੌਤ ਨੂੰ ਆਪ ਵੀ ਗਲੇ ਲਾ ਲਿਆ। ਮਾਮਲੇ ਦਾ ਹੱਲ ਕੀ ਨਿਕਲਿਆ? ਹਰ ਮਸਲੇ ਦਾ ਹੱਲ ਗੱਲ ਹੋਇਆ ਕਰਦਾ ਮੈਂ ਪਹਿਲਾਂ ਵੀ ਕਹਿੰਦਾ ਕਿ ਭਾਵੇਂ ਖੁਦਕੁਸ਼ੀਆਂ ਇਸ ਵਕਤ ਕਿਸਾਨ ਮੋਰਚੇ ਦੌਰਾਨ ਕਰ ਰਹੀ ਹੈ। ਭਾਵੇਂ ਕਰਜ਼ ਦੇ ਸਤਾਏ ਕਰ ਰਿਹਾ ਤੇ ਭਾਵੇਂ ਆਹ ਤਿੰਨ ਜਾਨਾਂ ਕਿਸੇ ਘਰੇਲੂ ਮਸਲੇ ਦਾ ਹੱਲ ਜਦੋਂ ਨਾ ਨਿਕਲਦਾ ਦੇਖਿਆ ਤੇ ਕਰ ਲਈਆਂ। ਕੀ ਹੁਣ ਮਸਲੇ ਦਾ ਹੱਲ ਹੋ ਗਿਆ? ਸੋ ਖੁਦਕੁਸ਼ੀਆਂ ਤਾਂ ਬੁੱਸਦਿਲ ਲੋਕ ਕਰਿਆ ਕਰਦੇ ਆ। ਖੁਦਕੁਸ਼ੀਆਂ ਨਾ ਕਰਿਆ ਕਰੋ ਖੁਦਕੁਸ਼ੀਆਂ ਕਰਨਾ ਕਿਸੇ ਮਰਦ ਦਾ ਕੰਮ ਨਹੀਂ ਸੋ ਇਸ ਕਰਕੇ ਤੁਹਾਨੂੰ ਅਪੀਲ ਹੈ ਕਿ ਖੁਦਕੁਸ਼ੀ ਤੋਂ ਦੂਰ ਰਹੋ ਆਪ ਵੀ ਜਿਓ ਤੇ ਦੂਸਰਿਆਂ ਨੂੰ ਵੀ ਜੀਣ ਦਿਓ ਤੇ ਅਗਲੀ ਜਿਹੜੀ ਖਬਰ ਹੈ ਉਹ ਇੰਡੋਨੇਸ਼ੀਆ ਤੋਂ ਮਿਲੀ ਹੈ ਇੰਡੋਨੇਸ਼ੀਆ ਤੋਂ ਖਬਰ ਮਿਲ ਰਹੀ ਹੈ ਕਿ ਉੱਥੇ ਜ਼ਬਰਦਸਤ ਪੁਚਾਲ ਆਇਆ ਹੈ ਜਿਸ ਦੇ ਕਾਰਨ ਸ਼ੁਰੂਆਤੀ ਰਿਪੋਰਟਾਂ ਦੇ ਦੌਰਾਨ ਹੁਣ ਤੱਕ 42 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਸੁਲਾਵੇਸੀ ਟਾਪੂ ਦੇ ਵਿੱਚ ਪੁਚਾਲ ਦੇ ਕਾਰਨ ਇਮਾਰਤਾਂ ਢਹਿ ਗਈਆਂ ਘਰ ਢਹਿ ਗਏ। ਕਈ ਥਾਂ ਜ਼ਮੀਨ ਵੀ ਖਿਸਕਣ ਦੀਆਂ ਖਬਰਾਂ ਨੇ। ਰਿਕਟਰ ਪੈਮਾਨੇ ਤੇ ਪੁਚਾਲ ਦੀ ਤੀਬਰਤਾ 6.2 ਦੱਸੀ ਗਈ ਹੈ। 637 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਪੁਚਾਲ ਲਗਭਗ ਅੱਧੀ ਰਾਤ ਤੋਂ ਬਾਅਦ ਆਇਆ ਦੱਸਿਆ ਗਿਆ ਤੇ ਲੋਕ ਹਨੇਰੇ ਵਿੱਚ ਘਰਾਂ ਤੋਂ ਭੱਜਣ ਵਾਸਤੇ ਮਜਬੂਰ ਹੋਏ। ਹਾਲੇ ਤੱਕ ਨੁਕਸਾਨ ਦਾ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਿਆ। ਪਰ ਉੱਥੋਂ ਦੇ ਪ੍ਰਸ਼ਾਸਨ ਦੇ ਮੁਤਾਬਕ ਬਹੁਤ ਸਾਰੇ ਲੋਕ ਮਲਬੇ ਹੇਠ ਦੱਬੇ ਹੋਏ ਆ ਮੀਡੀਆ ਰਿਪੋਰਟਸ ਵੀ ਇਹੀ ਦੱਸ ਰਹੀ ਨੇ ਕਿ 300 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਕਈ ਇਲਾਕਿਆਂ ਦੇ ਵਿੱਚ ਬਿਜਲੀ ਨਹੀਂ ਹੈ ਤੇ ਫੋਨ ਵੀ ਕੱਟੇ ਗਏ ਹੈ ਇਲਾਕੇ ਦੇ ਵਿੱਚ ਸਥਿਤ ਗਵਰਨਰ ਦਾ ਘਰ ਵੀ ਢਹਿ ਢੇਰੀ ਹੋਇਆ ਦੱਸਿਆ ਜਾ ਰਿਹਾ ਹੈ ਅਧਿਕਾਰੀਆਂ ਮੁਤਾਬਕ ਸੁਨਾਮੀ ਦਾ ਤਾਂ ਕੋਈ ਖਤਰਾ ਨਹੀਂ ਪਰ ਲਗਭਗ 15000 ਤੋਂ ਵੱਧ ਲੋਕਾਂ ਨੂੰ ਆਰਦੀ ਘਰਾਂ ਦੇ ਵਿੱਚ ਠਹਿਰਾਉਣਾ ਪਿਆ ਬਹੁਤ ਸਾਰੇ ਲੋਕ ਹਾਲੇ ਮਲਬੇ ਹੇਠ ਹੋ ਸਕਦੇ ਆ ਜਿਸ ਕਾਰਨ ਇਹਨਾਂ ਮੌਤਾਂ ਦੀ ਗਿਣਤੀ ਵੱਧ ਜਾਣ ਦਾ ਖਾਤਿਰ ਹੈ ਸੋ ਹੁਣ ਆਪਾਂ ਪੰਜਾਬ ਚੱਲਦੇ ਆਂ ਭਾਰਤ ਚੱਲਦੇ ਆਂ 26 ਜਨਵਰੀ ਗਣਤੰਤਰ ਦਿਵਸ ਰਿਪਬਲਿਕ ਡੇ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਇੱਥੇ ਮੈਂ ਦੱਸਦੇ ਆਂ ਕਿ ਨਿਊਜ਼ 18 ਨੇ ਇੱਕ ਟਵੀਟ ਵੀ ਕੀਤਾ ਤੇ ਇੱਕ ਖਬਰ ਵੀ ਦੇ ਦਿੱਤੀ ਕਿ 26 ਜਨਵਰੀ ਨੂੰ ਟਰੈਕਟਰ ਰੈਲੀ ਨਹੀਂ ਹੋਵੇਗੀ ਇਹ ਸਰਾਸਰ ਝੂਠ ਹੈ ਇਹ ਝੂਠ ਦਾ ਪਲੰਦਾ ਹੈ ਤੇ ਹਵਾਲਾ ਦਿੱਤਾ ਗਿਆ ਕਿ ਸੂਤਰ ਦੱਸ ਰਹੇ ਨੇ ਕਿ ਬਲਵੀਰ ਸਿੰਘ ਰਾਜੇਵਾਲ ਦੱਸ ਰਹੇ ਨੇ ਕਿ ਰੈਲੀ ਨਹੀਂ ਹੋਣੀ ਅਸਲ ਦੇ ਵਿੱਚ ਇਹ ਕੋਰੀ ਅਫਵਾਹ ਹੈ ਇਹ ਝੂਠ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਖਬਰ ਹੈ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਸਪੱਸ਼ਟ ਸਪੱਸ਼ਟੀ ਦਿੱਤੀ ਹੈ ਤੇ ਗੱਲ ਸਾਫ਼ ਕਰ ਦਿੱਤੀ ਹੈ ਕਿ 26 ਜਨਵਰੀ ਦਾ ਟਰੈਕਟਰ ਮਾਰਚ ਦਿੱਲੀ ਵਿੱਚ ਹੋਵੇਗਾ। 17 ਤਰੀਕ ਨੂੰ ਅਸੀਂ ਉਸ ਦੀ ਐਨ ਵਿਸਥਾਰ ਨਾਲ ਦੱਸ ਦੇਵਾਂਗੇ ਕਿ ਕਿਹੜੇ ਕਿਹੜੇ ਰਾਹ ਹੋਣਗੇ ਕਿੱਥੋਂ ਕਿੱਥੋਂ ਦੀ ਜਾਣਾ ਹੈ ਤੇ ਕਿਹੜਾ ਰੂਟ ਹੋਏਗਾ। ਪਰ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਇਧਰੋਂ ਉਧਰੋਂ ਮਿਲ ਰਹੀਆਂ ਨੇ ਵਿਸ਼ਵਾਸ ਨਾ ਕਰੋ। ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਕੰਮ ਸ਼ਾਇਦ ਇਹੋ ਹੀ ਹੈ। ਕਿ ਸਰਕਾਰ ਦੀ ਬੋਲੀ ਬੋਲੜੀਆਂ ਜਾਂ ਗਲਤ ਸੂਚਨਾਵਾਂ ਤੁਹਾਡੇ ਤੱਕ ਪੁੱਜਦੀਆਂ ਕਰਨੀਆਂ ਨੇ ਹੋ ਸਕਦਾ ਬਾਅਦ ਦੇ ਵਿੱਚ ਮੁਆਫੀ ਵੀ ਮੰਗ ਲਈ ਜਾਵੇ ਕਿ ਸਾਡੇ ਤੋਂ ਖਬਰ ਗਲਤ ਲੱਗ ਗਈ ਸੀ ਪਰ ਉਹ ਸੂਤਰ ਫਿਰ ਕਿੱਥੇ ਨੇ ਬਈ ਜਿਨ੍ਹਾਂ ਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਹਿਣ ਦਾ ਕਾਰਨ ਇਹ ਹੈ ਕਿ ਕਈ ਵਾਰੀ ਜਿਹੜੇ ਲੋਕਾਂ ਤੱਕ ਪਹਿਲਾਂ ਇਸ ਤਰ੍ਹਾਂ ਦੀ ਖਬਰ ਪੁੱਜ ਜਾਂਦੀ ਹੈ ਬਾਅਦ ਦੇ ਵਿੱਚ ਹੋ ਸਕਦਾ ਕਿ ਜਿਹੜੀ ਆ ਸਫਾਈ ਵਾਲੀ ਖਬਰ ਉਹ ਦੇਣਗੇ ਕਿ ਨਹੀਂ ਸਾਡੇ ਤੋਂ ਖਬਰ ਗਲਤ ਲੱਗ ਗਈ ਸੀ ਜਾਂ ਫਿਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਜਿਹੜਾ ਆਖਿਆ ਕਿ ਨਹੀਂ ਬਿਲਕੁਲ ਅਸੀਂ ਤਾਂ ਇਸ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਹੋ ਸਕਦਾ ਕਿ ਬਹੁਤ ਸਾਰੇ ਲੋਕ ਇਹ ਖਬਰ ਦੁਬਾਰਾ ਸੁਣਨ ਹੀ ਨਾ ਸੋ ਕਹਿਣ ਦਾ ਭਾਵ ਇਹ ਸੁਨੇਹਾ ਵੱਡੇ ਪੱਧਰ ਤੇ ਬਹੁਤ ਗਲਤ ਅਤੇ ਦੂਰ ਤੱਕ ਚਲਾ ਜਾਂਦਾ ਹੈ ਰੈਲੀ ਹੋਣੀ ਹੈ ਟਰੈਕਟਰ ਰੈਲੀ ਹੋਵੇਗੀ ਟਰੈਕਟਰ ਮਾਰਚ ਹੋਵੇਗਾ ਪਰ ਇਹਦੇ ਨਾਲ ਤਾਂ ਇੱਥੇ ਇਹ ਵੀ ਦੱਸਣਾ ਬਣਦਾ ਕਿ ਫੌਜੀਆਂ ਨੇ ਵੀ ਐਲਾਨ ਕਰ ਦਿੱਤਾ ਬਹੁਤ ਵੱਡੀ ਪੱਧਰ ਤੇ ਜਿਹੜੇ ਸਾਬਕਾ ਫੌਜੀ ਨੇ ਕਹਿੰਦੇ ਕਾਨੂੰਨ ਦੀ ਹੱਦ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਸਾਨੂੰ ਪਤਾ ਕਿ ਮਾਰਚ ਕਿਵੇਂ ਕਰੀਦਾ ਕਹਿੰਦੇ ਅਸੀਂ 26 ਜਨਵਰੀ ਨੂੰ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਟਰੈਕਟਰ ਮਾਰਚ ਦਾ ਹਿੱਸਾ ਬਣਾਂਗੇ। ਸੋ ਕਿਸਾਨ ਆਗੂਵਰੇ ਵੀ ਸਾਫ਼ ਕਰ ਦੱਸਤਾ ਕਿ ਇਹ ਟਰੈਕਟਰ ਰੈਲੀ ਹੋਵੇਗੀ। ਸਿਰਫ ਟਰੈਕਟਰ ਰੈਲੀ ਨਹੀਂ। ਦੁਨੀਆ ਦਾ ਸਭ ਤੋਂ ਵੱਡਾ ਝੰਡਾ ਝੁਲਣਾ ਸਿੰਘੂ ਸਰਹੱਦ ਤੇ। ਲਿਮਕਾ ਬੁੱਕ ਦੇ ਵਿੱਚ ਇਹ ਨਾਮ ਇਹ ਰਿਕਾਰਡ ਦਰਜ ਹੋਣ ਜਾ ਰਿਹਾ ਹੈ। ਤੇ ਲਿਮਕਾ ਬੁੱਕ ਦੇ ਵਿੱਚ ਰਿਕਾਰਡ ਦਰਜ ਕਰਵਾਉਣ ਵਾਲੇ ਮੋਗਾ ਦੇ ਆਰਟਿਸਟ ਦੱਸੇ ਜਾ ਰਹੇ ਨੇ ਗੁਰਪ੍ਰੀਤ ਸਿੰਘ ਕੋਮਲ। ਗੁਰਪ੍ਰੀਤ ਸਿੰਘ ਕੋਮਲ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਤਿਆਰ ਕਰ ਲਿਆ ਇਹ ਝੰਡਾ 26 ਜਨਵਰੀ ਨੂੰ ਸਿੰਘੂ ਸਰਹੱਦ ਤੇ ਝੁਲਣਾ ਹੈ ਝੰਡੇ ਤੇ ਸ਼ਹੀਦ 116 ਕਿਸਾਨਾਂ ਦੇ ਨਾਮ ਸੁਨਹਿਰੇ ਅੱਖਰਾਂ ਦੇ ਵਿੱਚ ਦਰਜ ਕੀਤੇ ਗਏ ਹੈ ਝੰਡੇ ਉੱਤੇ 395 ਵਰਗ ਫੁੱਟ ਥਾਂ ਆਮ ਲੋਕਾਂ ਦੇ ਦਸਤਖਾਲੇ ਛੱਡੀ ਗਈ ਹੈ ਗੁਰਪ੍ਰੀਤ ਸਿੰਘ ਕੋਮਲ ਨੇ ਆਪਣੀ ਪਤਨੀ ਸਰਬਜੀਤ कौर ਕੋਮਲ ਤੇ ਆਪਣੀ ਤੀ ਅਸ਼ਮੀਤ ਕੌਰ ਕੋਮਲਨਾਲ ਮਿਲ ਕੇ ਇਹ ਦੁਨੀਆ ਦਾ ਸਭ ਤੋਂ ਵੱਡੇ ਆਕਾਰ ਦਾ ਝੰਡਾ ਤਿਆਰ ਕੀਤਾ ਹੈ ਉਹਨਾਂ ਕਿਹਾ ਕਿ ਝੰਡੇ ਦਾ ਵਜ਼ਨ 2.5 ਕਿਲੋ ਹੈ ਲੰਬਾਈ 27 ਮੀਟਰ ਹੈ ਚੌੜਾਈ 4.5 ਫੁੱਟ ਹੈ ਝੰਡੇ 'ਚ ਹਰੇ ਰੰਗ ਦਾ 29 ਇੰਚ ਦਾ ਇੱਕ ਗੋਲ ਚੱਕਰ ਹੈ ਜਿਸ ਵਿੱਚ ਕਿਸਾਨ ਬਲਦਾਂ ਨਾਲ ਖੇਤੀ ਕਰਦਾ ਦਿਖਾਇਆ ਗਿਆ ਹੈ ਨਾਲ ਹੀ ਹਰੇ ਰੰਗ ਤੇ ਕਿਸਾਨ ਅੰਦੋਲਨ ਦੇ ਸ਼ਹੀਦ ਹੋਏ 116 ਸ਼ਹੀਦਾਂ ਦੇ ਨਾਮ ਸੁਨਹਿਰੇ ਅੱਖਰਾਂ ਵਿੱਚ ਦਰਜ ਕੀਤੇ ਗਏ ਐ ਸੋ ਜੇਕਰ ਤੁਹਾਨੂੰ ਕੋਈ ਦੱਸ ਰਿਹਾ ਸੀ ਨਾ ਟਰੈਕਟਰ ਮਾਰਚ ਨਹੀਂ ਹੋਣਾ ਉਹਨਾਂ ਨੂੰ ਦੱਸ ਦਿਓ ਕਿ ਟਰੈਕਟਰ ਮਾਰਚ ਵੀ ਹੋਣਾ ਤੇ ਆ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਵੀ ਚੁਲਾਇਆ ਜਾਣਾ ਪਰ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਜ਼ਬਾ ਵਾਲੇ ਨੇ ਨਾ ਜਿਹੜੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਕਿਤੇ ਝੰਡੇ ਚੜਾਉਣ ਨਹੀਂ ਜਾਣਾ ਉਹਨਾਂ ਦਾ ਐਲਾਨ ਬੀਸਿਕਲੀ ਬੋਗਸ ਐਲਾਨ ਹੈ ਕਾਰਨ ਇਹ ਹੈ ਕਿ ਲੋਕਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਜਜਪੀ ਤੇ ਬੀਜਪੀ ਦੇ ਕਿਸੇ ਵੀ ਲੀਡ ਨੂੰ ਝੰਡਾ ਚੜਾਉਣ ਨਹੀਂ ਦੇਵਾਂਗੇ ਇਸ ਕਰਕੇ ਉਹਨਾਂ ਨੂੰ ਲੋਕ ਰੋਹ ਦੇ ਮੱਦੇ ਨਾਜ਼ਰ ਇਹ ਫੈਸਲਾ ਕਰਨਾ ਪਿਆ ਅਗਲੀ ਖਬਰ ਜਿਹੜੀ 19 ਤਰੀਕ ਨੂੰ ਹੁਣ ਦੁਬਾਰਾ ਮੀਟਿੰਗ ਹੋਣੀ ਹੈ ਤੇ ਪਰ ਅੱਜ 9ਵੇਂ ਗੇੜ ਦੀ ਮੀਟਿੰਗ ਸੀ ਤਿੰਨੇ ਖੇਤੀ ਕਾਨੂੰਨਾਂ ਦੇ ਬਾਬਤ ਮੀਟਿੰਗ ਸੀ ਇਹ 9ਵੇਂ ਗੇੜ ਦੀ ਮੀਟਿੰਗ ਵੀ ਵਿਗਿਆਨ ਭਵਨ ਦੇ ਵਿੱਚ ਹੋਈ ਪਰ ਬੇਸਟਾ ਰਹੀ ਅਗਲੇ ਗੇੜ ਦੀ ਗੱਲਬਾਤ 19 ਜਨਵਰੀ ਦੁਪਹਿਰ 12 ਵਜੇ ਸ਼ੁਰੂ ਹੋਣੀ ਹੈ ਅੱਜ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਹੀ ਕਿਸਾਨ ਆਗੂ ਨੇ ਇਸ ਬੈਠਕ ਬਾਰੇ ਆਖਿਆ ਸੀ ਕਿ ਕੋਈ ਉਤਸ਼ਾਹ ਨਹੀਂ ਨਾ ਉਤਸ਼ਾਹਜਨਕ ਤਰੀਕੇ ਨਤੀਜੇ ਆਉਣ ਦੀ ਕੋਈ ਸ਼ੰਕੇ ਸੀ ਉਹਨਾਂ ਨੂੰ ਪਿਆ ਨਹੀਂ ਸਕਦੇ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਨਰਿੰਦਰ ਤੋਮਰ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਤੇ ਦੂਸਰੇ ਪਾਸੇ 40 ਕਿਸਾਨ ਜਥੇਬੰਦੀਆਂ ਦੇ ਆਗੂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਹੈ ਜਾਣਕਾਰੀ ਮੁਤਾਬਕ ਤੋਮਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਅੜੀ ਛੱਡਣ ਅਤੇ ਇਸ ਤੇ ਕਿਸਾਨ ਨੇਤਾਵਾਂ ਨੇ ਜਵਾਬ ਦਿੱਤਾ ਕਿ ਖੇਤੀ ਕਾਨੂੰਨ ਰੱਦ ਕਰ ਦਿਓ ਐਮਐਸਪੀ ਨੂੰ ਕਾਨੂੰਨੀ ਦਰਜਾ ਦਿਵਾਉਣ ਦੀ ਗੱਲ ਕਰਤੇ ਆ ਜੋ ਸਾਡੀ ਅੜੀ ਕਾਦੀ ਹੈ ਅਸੀਂ ਅੜੀ ਉੜੀ ਕੋਈ ਨਹੀਂ ਕਰ ਰਹੇ ਅਸੀਂ ਤਾਂ ਆਪਣੀਆਂ ਮੰਗਾਂ ਨਹੀਂ ਸਗੋ ਹੱਕ ਮੰਗ ਰਹੇ ਹਾਂ ਸਾਨੂੰ ਸਾਡੇ ਹੱਕ ਦੇ ਦਿਓ ਸਾਡੀ ਅੜੀ ਕਾਦੀ ਹੈ ਅਸੀਂ ਆਪਣੇ ਘਰਾਂ ਨੂੰ ਜਾਂਦੇ ਆਂ ਬੀਤੇ ਦਿਨੀ ਸੁਪਰੀਮ ਕੋਰਟ ਨੇ 12 ਜਨਵਰੀ ਨੂੰ ਆਖਿਆ ਸੀ ਕਿ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਘਰੋ ਘਰੀ ਤੋੜ ਦਿਓ ਪਿਛਲੀਆਂ ਮੀਟਿੰਗਾਂ ਵਿੱਚ ਕੇਂਦਰੀ ਮੰਤਰੀ ਵੀ ਕਹਿੰਦੇ ਰਹੇ ਆ ਤੇ ਜਿਹੜੇ ਦਿੱਲੀ ਤੇ ਬੈਠੇ ਬਜ਼ੁਰਗ ਨੇ ਬੱਚੇ ਨੇ ਔਰਤਾਂ ਨੇ ਨੌਜਵਾਨ ਨੇ ਕਿਸ ਨੂੰ ਪੁੱਛ ਕੇ ਦੇਖੋ ਖਾਂ ਕਿ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਕਹਿੰਦੇ ਘਰਾਂ ਨੂੰ ਕੀ ਕਰਨ ਜਾਣਾ ਬਈ ਅਸੀਂ ਹੱਕ ਲੈਣ ਆਏ ਆ ਹੱਕ ਲੈ ਕੇ ਜਾਵਾਂਗੇ ਸੋ ਕਹਿਣ ਦਾ ਭਾਵ ਅੱਜ ਦੀ ਮੀਟਿੰਗ ਵਿੱਚ ਕੁਝ ਨਿਕਲਣ ਵਾਲਾ ਕੁਝ ਕੱਢਣ ਵਾਲਾ ਨਹੀਂ ਸੀ ਪਰ ਹੁਣ 19 ਜਨਵਰੀ ਦੀ ਮੀਟਿੰਗ ਫੇਰ ਹੈ ਤੇ ਨਰਿੰਦਰ ਤੋਮਰ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਕਿਸਾਨ ਕੋਈ ਏਜੰਡਾ ਹੀ ਨਹੀਂ ਲੈ ਕੇ ਆਉਂਦੇ ਉਹ ਏਜੰਡਾ ਤਾਂ ਦੇਣ ਦੂਸਰੇ ਪਾਸੇ ਕਿਸਾਨ ਕਹਿੰਦੇ ਏਜੰਡਾ ਸਾਡਾ ਕਿਹੜਾ ਲੰਬਾ ਚੌੜਾ ਹੈ ਅਸੀਂ ਤੇ ਇਹ ਏਜੰਡਾ ਦੱਸੀ ਫਿਰਦੇ ਆ ਕਿ ਭਾਈ ਕਾਨੂੰਨ ਰੱਦ ਕਰ ਦਿਓ ਐਮਐਸਪੀ ਦੀ ਲਿਖਤੀ ਕਾਨੂੰਨੀ ਗਾਰੰਟੀ ਦੇ ਦਿਓ ਸਾਡਾ ਤਾਂ ਏਜੰਡਾ ਹੀ ਦੋ ਸੂਤਰੀ ਹੈ ਤੇ ਅਸੀਂ ਘਰਾਂ ਨੂੰ ਚਲੇ ਜਾਵਾਂਗੇ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਜਿਹੜੀ ਭਾਸ਼ਾ ਕਿਸਾਨ ਬੋਲਦੇ ਆ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਾਂ ਫਿਰ ਉਹ ਸਮਝਣ ਦਾ ਯਤਨ ਨਹੀਂ ਕਰ ਰਹੇ ਸੋ ਅਗਲੀ ਜਿਹੜੀ ਖਬਰ ਹੈ ਇਹ ਕੁਝ ਇੱਕ ਮੰਦ ਭਾਗੀਆਂ ਖਬਰਾਂ ਨੇ ਟੀਕਰੀ ਸਰਹੱਦ ਤੇ ਇੱਕ ਕਿਸਾਨ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ ਕੇਂਦਰ ਦੇ ਇਹਨਾਂ ਵਿਵਾਦਿਤ ਖੇਤੀ ਕਾਨੂੰਨਾਂ ਦੇ ਖਿਲਾਫ ਹੁਣ ਤਾਂ 51 ਦਿਨ ਬੀਤ ਚੁੱਕੇ ਐ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਮਜ਼ਦੂਰਾਂ ਟਿਕਰੀ ਸਰਹੱਦ ਤੋਂ ਖਬਰ ਆਈ ਹੈ ਖਬਰ ਬੁਰੀ ਹੈ ਜਿੱਥੇ ਇੱਕ 68 ਵਰਿਆਂ ਦੇ ਕਿਸਾਨ ਜਗੀਰ ਸਿੰਘ ਦੀ ਪ੍ਰਦਰਸ਼ਨ ਦੌਰਾਨ ਬਹੁਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਗੀਰ ਸਿੰਘ ਬੀਤੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਅੱਜ ਆਖਰਕਾਰ ਉਹਨਾਂ ਨੇ ਦਮ ਤੋੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਜਗੀਰ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਜਲੀ ਦਾ ਰਹਿਣ ਵਾਲਾ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਦੇ ਵਿਵਾਦਿਤ ਖੇਤੀ ਕਾਨੂੰਨਾਂ ਦੇ ਖਿਲਾਫ ਬੀਤੇ ਲਗਭਗ 51 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਹੁਣ ਤੱਕ 80 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਐ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੀ ਜਿੱਦ țeੜੀ ਹੋਈ ਹੈ ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨ ਜਿਹੜੀਆਂ ਸੋਧਾਂ ਕਰਵਾਉਣੀਆਂ ਚਾਹੁੰਦੇ ਨੇ ਸੋਧਾਂ ਤਾਂ ਕਰ ਦਿੰਨੇ ਆ ਪਰ ਕਾਨੂੰਨ ਵਾਪਸ ਨਹੀਂ ਲੈਣੇ ਇਹ ਇੱਕ ਜਾਨ ਨਹੀਂ ਕਿੰਨੀਆਂ ਜਾਨਾਂ ਆ ਬੀਤੇ 24 ਘੰਟਿਆਂ ਦੇ ਵਿੱਚ ਇਸ ਅੰਦੋਲਨ ਦੀ ਭੇਂਟ ਚੜ੍ਹੀਆਂ ਨੇ ਉਹਦਾ ਜ਼ਿਕਰ ਬੜਾ ਲਾਜ਼ਮੀ ਕਰਨਾ ਪੈਂਦਾ ਹੋਰ ਭਾਵੇਂ ਖਬਰਾਂ ਬਹੁਤ ਸੀ ਮੈਂ ਸੋਚਿਆ ਕਿ ਉਹਨਾਂ ਖਬਰਾਂ ਨੂੰ ਭਾਵੇਂ ਥਾਂ ਨਾ ਦਿੱਤੀ ਜਾਵੇ ਪਰ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਜਿਨ੍ਹਾਂ ਨੇ ਜਾਨਾਂ ਇਸ ਅੰਦੋਲਨ ਦੇ ਨਾਮ ਕਰ ਦਿੱਤੀਆਂ ਉਹਨਾਂ ਦਾ ਜ਼ਿਕਰ ਤਾਂ ਬੜਾ ਜ਼ਰੂਰੀ ਕਰਨਾ ਹੈ ਜਿਸ ਤਰ੍ਹਾਂ ਕਿਸਾਨੀ ਝੰਡਾ ਜਿਹੜਾ ਦੁਨੀਆ ਦਾ ਵੱਡਾ ਝੰਡਾ ਬਣਾਇਆ ਗਿਆ ਹੈ ਸ਼ਹੀਦ ਕਿਸਾਨਾਂ ਦੇ ਉਹਨਾਂ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਮ ਵਿੱਚ ਨਾਮ ਦਰਜ ਕੀਤੇ ਗਏ ਐ ਸੋ ਮੇਰੀ ਵੀ ਕੋਸ਼ਿਸ਼ ਹੈ ਕਿ ਹੋਰ ਖਬਰਾਂ ਰਹਿੰਦੀਆਂ ਰਹਿ ਜਾਣ ਪਰ ਆ ਜਿਹੜੇ ਆਪਾਂ ਕੁਰਬਾਨ ਕਰ ਗਏ ਇਹ ਤੋਂ ਵੱਡਾ ਕੀ ਹੋ ਸਕਦਾ ਦਿੱਲੀ ਅੰਦੋਲਨ ਦੇ ਵਿੱਚ ਹੀ ਕਿਸਾਨਾਂ ਵਾਸਤੇ ਲੰਗਰ ਲੈ ਕੇ ਫਿਰੋਜ਼ਪੁਰ ਦੇ ਇੱਕ ਬਜ਼ੁਰਗ ਕਿਸਾਨ ਗਏ ਸਨ ਜਿਨ੍ਹਾਂ ਦਾ ਨਾਮ ਹਰਦੇਵ ਸਿੰਘ ਤੇ ਪਿੰਡ ਬਾਲੇਵਾਲਾ ਦੱਸਿਆ ਗਿਆ ਉਹਨਾਂ ਦੀ ਅੱਜ ਮੌਤ ਹੋਈ ਹੈ ਜਾਣਕਾਰੀ ਅਨੁਸਾਰ ਹਰਦੇਵ ਸਿੰਘ 12 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਇਕਾਈ ਦੇ ਬਲੌਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਜਥੇ ਨਾਲ ਦਿੱਲੀ ਟਿੱਕਰੀ ਬਾਉਂਡਰ ਤੇ ਲੰਗਰ ਲੈ ਕੇ ਗਏ। ਉਹਨਾਂ ਦੀ ਸਿਹਤ ਖਰਾਬ ਹੋਈ। ਬੀਤੇ ਕੁਝ ਦਿਨੀ ਬੀਤੇ ਦਿਨੀ ਕੁਝ ਕਿਸਾਨ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਸੀ ਕਿ ਰਸਤੇ ਦੇ ਵਿੱਚ ਹੀ ਉਹਨਾਂ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ 43 ਵਰਿਆਂ ਦੇ ਕਰਮਜੀਤ ਸਿੰਘ ਜਿਨ੍ਹਾਂ ਦਾ ਪਿੰਡ ਰਾਏਪੁਰ ਸੀ 4 ਦਿਨ ਪਹਿਲਾਂ ਪਿੰਡ ਦੇ ਕਿਸਾਨਾਂ ਨਾਲ ਟਿੱਕਰੀ ਬਾਰਡਰ ਤੇ ਗਏ ਸਨ ਤੇ ਲੋੜੀ ਦੀ ਸ਼ਾਮ ਸਿਹਤ ਵਿਗੜੀ ਤੇ ਉਹਨਾਂ ਨੂੰ ਪਿੰਡ ਵਾਪਸ ਲਿਆਂਦਾ ਜਾ ਰਿਹਾ ਸੀ ਪਰ ਰਸਤੇ ਵਿੱਚ ਉਹਨਾਂ ਦੀ ਸਿਹਤ ਹੋਰ ਖਰਾਬ ਹੋਣ ਕਾਰਨ ਉਹਨਾਂ ਨੂੰ ਨਾਭਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਰਮਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ ਉਹ ਸਿਰਫ 3 ਏਕੜ ਜ਼ਮੀਨ ਦੇ ਮਾਲਕ ਸਨ ਅਤੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਜੁੜੇ ਹੋਏ ਸੀ ਇਸੇ ਤਰ੍ਹਾਂ ਦਿੱਲੀ ਅੰਦੋਲਨ ਤੋਂ ਪਰਤੇ 38 ਵਰਿਆਂ ਦੇ ਦਵਿੰਦਰ ਸਿੰਘ ਦਾ ਦਿਲਦਾਰ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿੰਡ ਮੜੌਲੀ ਦੇ ਸਾਬਕਾ ਸਰਪੰਚ ਜਗਪਾਲ ਸਿੰਘ ਉਹ ਕਹਿੰਦੇ ਉਹ ਦਵਿੰਦਰ ਅਤੇ ਉਹਨਾਂ ਦੇ ਪੁੱਤਰ 16 ਵਰਿਆਂ ਦੇ ਸ਼ੈਰੀ ਨਾਲ ਦਿੱਲੀ ਗਏ ਸੀ ਸਿੰਘੂ ਸਰਹੱਦ ਤੇ ਤੇ ਸਿਹਤ ਠੀਕ ਨਾ ਹੋਣ ਕਾਰਨ ਦਵਿੰਦਰ 2 ਦਿਨ ਪਹਿਲਾਂ ਪਿੰਡ ਪਰਤਿਆ ਪਰ ਬੀਤੀ ਲੰਗੀ ਦੁਪਹਿਰ ਦਵਿੰਦਰ ਸਿੰਘ ਦਵਾਈ ਲੈਣ ਵਾਸਤੇ ਹਸਪਤਾਲ ਨੂੰ ਜਾਣ ਲੱਗਿਆ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪਿਆ ਇਹ ਦੌਰਾ ਜਾਨ ਲੈਵਾ ਸਾਬਤ ਹੋਇਆ ਇਸੇ ਤਰ੍ਹਾਂ ਖਬਰ ਮਿਲ ਰਹੀ ਹੈ ਕਿ ਫਲੋਰ ਨੇੜੇ ਇੱਕ ਪਿੰਡ ਹੈ ਅਕਲਪੁਰ ਉੱਥੋਂ ਦਾ ਇੱਕ ਮਜ਼ਦੂਰ ਇਸ ਕਿਸਾਨ ਮੋਰਚੇ ਤੋਂ ਪਰਤਣ ਤੋਂ ਬਾਅਦ ਅੱਜ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਪਿੰਡ ਅਕਲਪੁਰ ਦੇ ਸਰਪੰਚ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਗਰੀਬ ਦਾਸ ਸੀ ਅਤੇ ਬੀਤੇ ਦਿਨੀ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹ ਦਿੱਲੀ ਗਿਆ ਸੀ ਉਹ 2 ਦਿਨ ਦਿੱਲੀ ਰਿਹਾ ਜਿੱਥੇ ਉਸ ਦੀ ਸਿਹਤ ਖਰਾਬ ਹੋਈ ਅਤੇ ਪਿੰਡ ਵਾਪਸ ਪਰਤਿਆ ਅਤੇ ਅਜុਸਤੀ ਮੌਤ ਹੋ ਗਈ ਹੈ ਗਰੀਬ ਦਾਸ ਜਲੰਧਰ ਦੇ ਵਿੱਚ ਮਜ਼ਦੂਰੀ ਕਰਿਆ ਕਰਦਾ ਸੀ ਇਸੇ ਤਰ੍ਹਾਂ ਆ ਖਬਰ ਵੀ ਇਸੇ ਤਰ੍ਹਾਂ ਦੀ ਖਬਰ ਹੈ ਕੁਝ ਇੱਕ ਇਸ ਤਰ੍ਹਾਂ ਦੇ ਨੌਜਵਾਨ ਜਾਂ ਕਿਸਾਨ ਸਨ ਜਿਹੜੇ ਇਸ ਸੰਘਰਸ਼ ਦਾ ਦੁਬਾਰਾ ਹਿੱਸਾ ਬਣ ਦੀ ਰੀਜ ਨਾਲ ਆਪਣੇ ਘਰਾਂ ਨੂੰ ਆਏ ਸੀ ਪਰ ਮੁੜ ਕੇ ਪਰਤ ਨਹੀਂ ਸਕੇ ਰੀਜਾਂ ਦਿਲ ਦੀਆਂ ਦਿਲ ਵਿੱਚ ਰਹਿ ਗਏ ਆ ਮਾਂ ਨੇ ਜਿੰਨੇ ਚਾਵਾ ਨਾਲ ਆਪਣੇ ਪੁੱਤ ਨੂੰ ਕਿਸਾਨੀ ਕੋਲ ਸ਼ਾਮਲ ਹੋਣ ਵਾਸਤੇ ਘਰੋਂ ਤੋਰਿਆ ਸੀ ਉਨੇ ਹੀ ਭਰੇ ਮਨ ਨਾਲ ਸਿਰ ਤੇ ਸੇਰੀ ਸਜਾ ਕੇ ਆਖਰੀ ਅਲਵਿਦਾ ਵੀ ਆਖੀ ਹੈ ਜਲੰਧਰ ਜ਼ਿਲ੍ਹੇ ਦੇ ਪਿੰਡ ਉੱਚੇ ਦਾ ਰਹਿਣ ਵਾਲਾ 42 ਵਰਿਆਂ ਦਾ ਜਸਪ੍ਰੀਤ ਇੱਕ ਮਹੀਨੇ ਤੋਂ ਸਿੰਘੂ ਸਰਹੱਦ ਤੇ ਇਸ ਘੋਲ ਦੇ ਵਿੱਚ ਲੰਗਰਾਂ ਦੀ ਸੇਵਾ ਕਰ ਰਿਹਾ ਸੀ ਉਸਤੇ ਵੱਡੇ ਪ੍ਰਾਪ ਪਰਮਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਫੋਨ ਤੇ ਹਮੇਸ਼ਾ ਇਹੋ ਹੀ ਕਹਿੰਦਾ ਸੀ ਕਿ ਮੋਰਚਾ ਫਤਿਹ ਕਰਕੇ ਆਵਾਂਗਾ ਸਿੰਘੂ ਸਰਹੱਦ ਤੇ ਅੰਦੋਲਨ ਤੋਂ ਬਿਮਾਰ ਹੋਣ ਕਾਰਨ ਮਹੀਨੇ ਬਾਅਦ ਘਰ ਪਰਤਿਆ ਸਿਹਤ ਜਿਆਦਾ ਵਿਗੜੀ ਜਿਸ ਕਾਰਨ 11 ਜਨਵਰੀ ਦੀ ਰਾਤ ਉਹ ਜ਼ਿੰਦਗੀ ਦੀ ਜੰਗ ਹਾਰ ਪਿਆ ਜਸਪ੍ਰੀਤ ਦੀਆਂ ਗੱਲਾਂ ਕਰਦਾ ਉਸਦੀ ਮਾਤਾ ਸਤਨਾਮ ਕੌਰ ਨੇ ਦੱਸਿਆ ਕਿ ਹਰ ਵੇਲੇ ਉਹ ਕਿਸਾਨੀ ਮੋਰਚੇ ਦੀਆਂ ਬਾਤਾਂ ਪਾਉਂਦਾ ਰਹਿੰਦਾ ਘਰ ਵਿੱਚ ਦੂਸਰੇ ਭੈਣ ਭਰਾਵਾਂ ਨਾਲ ਉਹ ਸਭ ਤੋਂ ਛੋਟਾ ਸੀ 3 ਏਕੜ ਜ਼ਮੀਨ ਸੀ ਪਰਿਵਾਰ ਕੋਲ ਗੁਜ਼ਾਰਾ ਇਹਦੇ ਵਿੱਚ ਹੀ ਕਰ ਰਹੇ ਸੀ ਪਰ ਨਹੀਂ ਸੀ ਹੋ ਰਿਹਾ ਫਿਰ ਉਹ ਅਮਰੀਕਾ ਚਲਾ ਗਿਆ 10 ਸਾਲ ਰਹਿਣ ਤੋਂ ਬਾਅਦ ਜਦੋਂ ਪੱਕਾ ਨਾ ਹੋਇਆ ਤਾਂ ਮਜਬੂਰੀ ਵਾਪਸ ਉਹਨੂੰ ਪਿੰਡ ਲਿਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਨੂੰ ਉਹ ਮਾਂ ਸਮਝਦਾ ਸੀ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ਐਕਸ਼ਨਾਂ ਦੇ ਸੱਦੇ ਵਿੱਚ ਜਸਪ੍ਰੀਤ ਮੂਰੀ ਹੋਇਆ ਕਰਦਾ ਸੀ ਉਹਨਾਂ ਦੱਸਿਆ ਕਿ ਬੀਤੇ ਦਿਨ ਜਸਪ੍ਰੀਤ ਸਿੰਘ ਦਾ ਸੰਸਕਾਰ ਉਹਨਾਂ ਦੇ ਪਿੰਡ ਵਿੱਚ ਕਰ ਦਿੱਤਾ ਗਿਆ ਏਸੀ ਤਰ੍ਹਾਂ ਟਿੱਕਰੀ ਅੰਦੋਲਨ 'ਚ ਬਿਮਾਰ ਹੋਣ ਕਾਰਨ ਪਰਤੇ ਪਿੰਡ ਗੰਧੜ ਦੇ 45 ਵਰਿਆਂ ਦੇ ਇਕਬਾਲ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ ਇਕਬਾਲ ਸਿੰਘ ਟਿਕਰੀ ਅੰਦੋਲਨ ਵਿੱਚ ਆਪਣੇ ਕੱਪੜੇ ਅਤੇ ਹੋਰ ਸਮਾਨ ਛੱਡ ਕੇ ਪਿੰਡ ਆਇਆ ਸੀ ਕਿ ਠੀਕ ਹੋਣ ਤੋਂ ਬਾਅਦ ਫਿਰ ਵਾਪਸ ਪਰਤਾਂਗਾ ਜਾਣਕਾਰੀ ਮਿਲੀ ਹੈ ਕਿ ਥਾਣਾ ਲੱਖੇਵਾਲੀ ਅਧੀਨ ਪੈਂਦੇ ਪਿੰਡ ਗੰਧੜ ਦਾ ਕਿਸਾਨ ਇਕਬਾਲ ਸਿੰਘ ਲਗਭਗ 15 ਦਿਨ ਪਹਿਲਾਂ ਟਿਕਰੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਗਿਆ ਉੱਥੇ ਸਿਹਤ ਖਰਾਬ ਹੋਣ ਕਾਰਨ ਉਹ ਬੀਤੇ ਸ਼ਨੀਚਰਵਾਰ ਇਲਾਜ ਵਾਸਤੇ ਆਪਣੇ ਪਿੰਡ ਪਰਤਿਆ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਪਰਿਵਾਰ ਨੇ ਉਸ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਬੀਤੀ ਦੇਰ ਰਾਤ ਉਹਨਾਂ ਦੀ ਹੋਰ ਸਿਹਤ ਵਿਗੜੀ ਅਤੇ ਇਹ ਉਹਨਾਂ ਨੂੰ ਸਿਹਤਯਾਬੀ ਬਖਸ਼ ਨਾ ਸਕੀ ਤੇ ਆਖਰਕਾਰ ਉਹਨਾਂ ਦੀ ਮੌਤ ਹੋ ਗਈ ਕਿਸਾਨ ਇਕਬਾਲ ਸਿੰਘ ਕੋਲ ਸਿਰਫ 1.5 ਏਕੜ ਜ਼ਮੀਨ ਅਤੇ ਉਸਤੇ ਪਰਿਵਾਰ ਵਿੱਚ ਪਤਨੀ ਅਤੇ 20 ਵਰਿਆਂ ਦਾ ਇੱਕ ਅਪਾਹਜ ਪੁੱਤਰ ਉਹ ਛੱਡ ਗਏ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਰਮਲ ਸਿੰਘ ਜਸਿਆਣਾ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਕਿਸਾਨ ਇਕਬਾਲ ਸਿੰਘ ਨੂੰ ਸ਼ਹੀਦ ਐਲਾਨਦਿਆਂ ਅੱਜ ਉਸ ਦਾ ਪਿੰਡ ਗੰਦਰ ਦੇਸ਼ ਮਿਸ਼ਾਨ ਘਾਟ ਵਿੱਚ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ ਕਿਸਾਨ ਜੱਥੇਬੰਦੀ ਦੀ ਆਗੂਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਰਨੋ ਇਕਾਈ ਦੇ ਪ੍ਰਧਾਨ ਅਜੀਤ ਸਿੰਘ ਉਹ ਵੀ ਚੜ੍ਹਾਈ ਕਰ ਗਏ ਉਹ ਵੀ ਟਿਕਰੀ ਧਰਨੇ ਤੋਂ ਪਰਤੇ ਸਨ ਉਗਰਾਹਾਂ ਯੂਨੀਅਨ ਦੇ ਨਾਲ ਜੁੜੇ ਹੋਏ ਸਤੇ ਪਿੰਡ ਅਰਨੋ ਦੀ ਇਕਾਈ ਦੇ ਪ੍ਰਧਾਨ ਸਨ ਅਜੀਤ ਸਿੰਘ ਬਿਮਾਰ ਹੋਣ ਕਾਰਨ ਬੀਤੇ ਸ਼ੁੱਕਰਵਾਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋਈ ਤੇ ਕਿਸਾਨ 26 ਨਵੰਬਰ ਤੋਂ ਦਿੱਲੀ ਅੰਦੋਲਨ ਵਿੱਚ ਟਰੈਕਟਰ ਟਰਾਲੀ ਲੈ ਕੇ ਸ਼ਾਮਲ ਹੋਇਆ ਸੀ ਤੇ ਬਿਮਾਰ ਹੋਣ ਕਾਰਨ 5 ਜਨਵਰੀ ਨੂੰ ਉਹ ਪਿੰਡ ਪਰਤੇ ਸਨ ਉਹ ਟਰੈਕਟਰ ਟਰਾਲੀ ਹਾਲੇ ਵੀ ਟਿੱਕਰੀ ਸਰਹੱਦ ਤੇ ਛੱਡ ਕੇ ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਇਹ ਕਹਿ ਕੇ ਆਇਆ ਸੀ ਕਿ ਮੈਂ ਪੁੱਤਰਾ ਤੂੰ ਇੱਥੇ ਰਹੀਂ ਮੈਂ ਠੀਕ ਹੋ ਕੇ ਫਿਰ ਵਾਪਸ ਪਰਤਾਂਗਾ ਅੱਜ ਕਿਸਾਨ ਅਜੀਤ ਸਿੰਘ ਦੀ ਦੇਹ ਦਾ ਸਸਕਾਰ ਉਹਨਾਂ ਦੇ ਪਿੰਡ ਅਰਨੋ ਦੇ ਵਿੱਚ ਕਰ ਦਿੱਤਾ ਗਿਆ ਹੈ ਲੰਬੇ ਸਮੇਂ ਤੋਂ ਸੰਘਰਸ਼ ਦਾ ਹਿੱਸਾ ਸਨ ਕਿਸਾਨ ਹੋਰ ਵੀ ਬਹੁਤ ਪਹੁੰਚੇ ਹੋਏ ਸਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਸਨ ਉਹਨਾਂ ਨੇ ਕਿਹਾ ਕਿ ਸ਼ਹੀਦ ਹੋਏ ਇਹਨਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਤੁਸੀਂ ਦੇਖੋ ਕਿ ਅਜੀਤ ਇਕਬਾਲ ਜਸਪ੍ਰੀਤ ਬਿਮਾਰ ਹੋਣ ਕਾਰਨ ਆਪੋ ਆਪਣੇ ਪਿੰਡ ਤਾਂ ਪਰਤੇ ਸੀ ਪਰ ਉੱਥੇ ਸਾਥੀਆਂ ਨੂੰ ਕਹਿ ਕੇ ਆਏ ਸੀ ਕਿ ਅਸੀਂ ਤੰਦਰੁਸਤ ਹੋ ਕੇ ਵਾਪਸ ਪਰਤਾਂਗੇ ਪਰ ਪਰਤ ਨਹੀਂ ਸਕੇ ਆਪਣੇ ਦਿਲ ਦੀਆਂ ਰੀਜਾਂ ਦਿਲ ਦੇ ਵਿੱਚ ਹੀ ਲੈ ਗਏ ਸੋ ਇਹਦੇ ਤੋਂ ਵੱਡੀਆਂ ਖਬਰਾਂ ਹੋਰ ਕਿਹੜੀਆਂ ਹੋ ਸਕਦੀਆਂ ਨੇ ਕੇਂਦਰ ਹੋਰ ਚਾਹੁੰਦਾ ਕੀ ਹੈ ਕਿੰਨੀਆਂ ਜਾਨਾਂ ਦੀ ਹੋਰ ਜ਼ਰੂਰਤ ਹੈ ਮੈਂ ਕਈ ਖਬਰਾਂ ਜੋ ਹੋਰ ਵੀ ਜ਼ਰੂਰੀ ਸਮ ਛੱਡ ਦਿੱਤੀਆਂ ਨੇ ਆ ਸਾਰੀਆਂ ਖਬਰਾਂ ਨੂੰ ਪ੍ਰੋਗਰਾਮ ਦੇ ਵਿੱਚ ਸਥਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਇੱਕ ਇਹ ਸ਼ਰਧਾਂਜਲੀ ਹੈ ਤਾਂਕਿ ਉਹਨਾਂ ਦੇ ਕੀਤੇ ਕੰਮ ਨੂੰ ਅਸੀਂ ਸਿਰ ਸ ਝੁਕਾ ਸਕੀਏ ਨਮਨ ਕਰ ਸਕੀਏ ਪ੍ਰਣਾਮ ਕਰ ਸਕੀਏ ਸਜਦਾ ਕਰ ਸਕੀਏ ਸੋ ਦੋਸਤੋ ਜੇਕਰ ਤੁਹਾਨੂੰ ਇਹ ਖਬਰਾਂ ਇਹ ਜਾਣਕਾਰੀਆਂ ਠੀਕ ਲੱਗੀਆਂ ਨੇ ਪੁਖਤਾ ਲੱਗੀਆਂ ਨੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਹੁਣ ਫਰਜ਼ ਤੁਹਾਡਾ ਹੈ ਸੋ ਅਸੀਂ ਇਹ ਹਵਾਲੇ ਤੁਹਾਡੇ ਕਰ ਦਿੱਤੀਆਂ ਨੇ ਸੋ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲਿਓ ਤੁਹਾਡੇ ਧੰਨਵਾਦੀ ਹੋਵਾਂਗੇ ਪਰ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਉ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ